ਦੇਖੋ ਬਿਲਕੁਲ ਆਪਾਂ ਮੇਰਾ ਕੱਲ ਹਫ਼ਤਾ 10 ਦਿਨ ਪਹਿਲਾਂ ਹੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਹੜਾ ਨਵਾਂ ਯੂਪੀਏ ਦਾ ਸਰੂਪ ਹੈ ਉਹ ਬਣ ਸਕਦਾ ਜਾਂ ਇੱਕ ਨਵਾਂ ਵਿਰੋਧੀ ਦਲਾਂ ਦਾ ਗੱਠ ਜੋੜ ਹੋ ਸਕਦਾ ਜਿੱਦੇ ਵਿੱਚ ਮਮਤਾ ਤੇ ਸ਼ਰਦ ਪਵਾਰ ਅਹਿਮ ਭੂਮਿਕਾ ਨਿਭਾ ਸਕਦੇ ਸੋ ਹੁਣ ਜਿਹੜੀ ਨਿਕਲ ਕੇ ਆਈ ਖਬਰ ਬਿਲਕੁਲ ਹੈ ਜੀ ਤੁਹਾਡੀ ਗੱਲ درست ਹੈ ਕਿ ਪ੍ਰਸ਼ਾਂਤ ਕਿਸ਼ੋਰ ਪਿਛਲੇ 10 12 ਦਿਨਾਂ ਦੇ ਵਿੱਚ ਦੂਜੀ ਵਾਰ ਸ਼ਰਦ ਪਵਾਰ ਨੂੰ ਮਿਲੇ ਉਹ ਪ੍ਰਸ਼ਾਂਤ ਕਿਸ਼ੋਰ ਜਿਹੜੇ ਮਮਤਾ ਬੈਂਦੀ ਜੀ ਨੂੰ ਜਿਤਾ ਕੇ ਲਿਆਉਂਦੇ ਨੇ ਉਹ ਪ੍ਰਸ਼ਾਂਤ ਤੋਂ ਜਿਹੜੇ ਹਾਲੀ ਵਿੱਚ ਅਖਲੇ ਜਾਦਵ ਨਾਲ ਮੀਟਿੰਗ ਕਰ ਚੁੱਕੇ ਨੇ ਅਜੇ ਵੀ ਮਮਤਾ ਨਾਲ ਸੰਪਰਕ 'ਚ ਨੇ ਉਹਨਾਂ ਦੀ ਕੈਬਨਿਟ ਦੇ ਵਿੱਚ ਉਹਨਾਂ ਦੀ ਕਾਰਜਕਾਰੀ ਦੇ ਵਿੱਚ ਸਾਰਿਆਂ ਚ ਐਮ ਭੂਮਿਕਾ ਨਿਭਾ ਰਹੇ ਨੇ ਅੰਦਰ ਖਾਤੇ ਪਰਦੇ ਦੇ ਪਿੱਛੇ ਵੀ ਪਰਦੇ ਸਾਹਮਣੇ ਵੀ ਸੋ ਮੈਨੂੰ ਲੱਗਦਾ ਕਿ ਮਮਤਾ ਦੇ ਲੀਡਰ ਬਣ ਕੇ ਮਮਤਾ ਦੇ ਨੁਮਾਇੰਦੇ ਬਣ ਕੇ ਹੀ ਉਹ ਸਰਦ ਪਵਾਰ ਤੱਕ ਪਹੁੰਚ ਕਰ ਰਹੇ ਸੀ ਸੋ ਉਹਦੇ ਵਿੱਚ ਜਸਵੰਤ ਸਿਨਾ ਜਿਹੜੇ ਭਾਜਪਾ ਚੋਂ ਆਏ ਨੇ ਤੇ ਉਪ ਪ੍ਰਧਾਨ ਨੇ ਮੇਰਾ ਕੱਲ ਟੀਐਮਸੀ ਦੇ ਇਸ ਮੌਕੇ ਉਹ ਸ਼ਰਦ ਪਵਾਰ ਨਾਲ ਸੰਪਰਕ ਚ ਨੇ ਤੇ ਉਹਨਾਂ ਨੇ ਜਿਹੜਾ ਆਪਣਾ ਇੱਕ ਸੰਗਠਨ ਬਣਾਇਆ ਹੋਇਆ ਉਹਦੇ ਨਾਂ ਹੇਠਲੇ ਮੀਟਿੰਗ ਸੱਦੀ ਆ ਉਹਨੂੰ ਰਾਜਨੀਤਿਕ ਸੰਗਠਨ ਦਾ ਨਾਂ ਨਹੀਂ ਦਿੱਤਾ ਹੋਇਆ ਇਹਨਾਂ ਨੇ ਉਹਦੇ ਵਿੱਚ ਮੈਂ ਕਿਹਾ ਛਤਰੂਗੰ ਸਿਨਾ ਵੀ ਆ ਤੇ ਇਹ ਵੀ ਨੇ ਇਹ ਸਾਰੇ ਹੁਣ ਕਾਂਗਰਸ ਨੂੰ ਬਾਹਰ ਰੱਖ ਰਹੇ ਨੇ ਹਲੇ ਜੀ ਕੱਲ ਨੂੰ ਸ਼ਰਦ ਪਵਾਰ ਨੇ ਮੀਟਿੰਗ ਸੱਦੀ ਆ ਉਹਦੇ ਵਿੱਚ ਮੇਰਾ ਖਿਆਲ 30 ਤੋਂ 40 ਵੱਡੇ ਲੀਡਰ ਸ਼ਾਮਲ ਹੋ ਸਕਦੇ ਨੇ ਵਿਰੋਧੀ ਧਿਰਾਂ ਦੇ ਜਿਹਦੇ ਵਿੱਚ ਕਾਂਗਰਸ ਤੇ ਭਾਜਪਾ ਨਹੀਂ ਹੋਏਗੀ ਉਹਨੂੰ ਛੱਡ ਕੇ ਸੋ ਇੱਕ ਵੱਡੀ ਪਹਿਲ ਹੈ ਜਿਹੜੀ ਗੱਲ ਆਪਾਂ ਕੀਤੀ ਸੀ ਉਸੇ ਵੱਲ ਨੂੰ ਵਿਰੋਧੀ ਧਿਰਾਂ ਵੱਧ ਰਹੀਆਂ ਨੇ ਕਿ ਮੋਦੀ ਨੂੰ ਭਾਜਪਾ ਨੂੰ ਇਹ ਸੰਘ ਦੀ ਸਰਕਾਰ ਨੂੰ ਬਾਹਰ ਕਰਨ ਦੇ ਲਈ ਅਸੀਂ ਮਮਤਾ ਨੂੰ ਚਿਹਰਾ ਬਣਾਈਏ ਅਗਵਾਈ ਸ਼ਰਦ ਪਵਾਰ ਦੀ ਕਬੂਲੀਏ ਇਹ ਗੱਲ ਆਪਾਂ ਉਦਣ ਕਹੀ ਸੀ ਹੁਣ ਉਹਦੇ ਵੱਲ ਕੁਬਾਇ ਤੁਰਪੀ ਹੈ ਤੇ ਹੋ ਸਕਦਾ ਕੱਲ ਨੂੰ ਇਹਦੇ ਵਿੱਚ ਕੋਈ ਵੱਡਾ ਫੈਸਲਾ ਹੋ ਕੇ ਨਿਕਲੇ ਸੋ ਉਹਦੇ ਪਰ ਨਜ਼ਰ ਹੈ ਪਰ ਇਹ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਉੱਥੇ ਤੱਕ ਹੀ ਨਹੀਂ ਪੰਜਾਬ ਤੱਕ ਵੀ ਚਰਚਾ ਹੈ ਜੀ ਇੱਕ ਪ੍ਰਸ਼ਾਂਤ ਕਿਸ਼ੋਰ ਤਾਂ ਕਾਂਗਰਸ ਨੇ ਹਾਇਰ ਕੀਤਾ ਹੋਇਆ ਹੀ ਜਿਹੜਾ ਅਸਲੀ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਨਾਲ ਇੱਕ ਪ੍ਰਸ਼ਾਂਤ ਕਿਸ਼ੋਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਾਇਰ ਕਰ ਲਿਆ ਜੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਨ ਤੋਂ ਬਾਅਦ ਵੀ ਜਿਹੜੇ ਹੁਣ ਤੱਕ ਕਾਂਗਰਸ ਨੂੰ ਭੰਡਦੇ ਸੀ ਕਿ ਦੇਖੋ ਜੀ ਇਹਨਾਂ ਦੀ ਸਰਕਾਰ ਦਾ ਕੁਝ ਕਰਨ ਨੂੰ ਹੈ ਨੀਗਾ ਤਾਂ ਹੀ ਇਹ ਰਣਨੀਤੀ ਘੜਦੇ ਸਾਰੇ ਨੇ ਹੁਣ ਉਸ ਅਕਾਲੀ ਦਲ ਨੇ ਵੀ ਇੱਕ ਰਣਨੀਤੀ ਘੜ ਸੁਨੀਲ ਲਿਆਂਦਾ ਜੀ ਸੁਨੀਲ ਨਾਂ ਦਾ ਮੁੰਡਾਏ ਉਸ ਨੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਹੀ ਕੰਮ ਕੀਤਾ ਇਕੱਠਿਆਂ ਨਹੀਂ ਨਰਿੰਦਰ ਮੋਦੀ ਦੀ ਸਰਕਾਰ ਬਣਾਉਣ ਦੇ ਲਈ ਕੰਮ ਕੀਤਾ ਸੀ ਨਰਿੰਦਰ ਮੋਦੀ ਦੇ ਕਾਰਜਕਾਲ ਨੂੰ ਲਿਆਉਣ ਦੇ ਵਿੱਚ ਇਹਨਾਂ ਦੋਆਂ ਦੀ ਭੂਮਿਕਾ ਸੀ ਉਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਅੱਡ ਹੋ ਗਿਆ ਤੇ ਸੁਨੀਲ ਅੱਡ ਹੋ ਗਿਆ ਉਸ ਦਾ ਹੁਣ ਗੱਠਜੋੜ ਹੋ ਗਿਆ ਜੀ ਸ਼ਰੋਮਣੀ ਕਾਲੀਦਾ ਨਾਲ ਉਹਨੇ ਬਤੌਰ ਨੀਤੀ ਘੜ ਇਹਨਾਂ ਦੇ ਇਹ ਚੋਣ ਪ੍ਰੋਗਰਾਮ ਲਈ ਮੋਰਚਾ ਸੰਭਾਲ ਰਿਹਾ ਤੇ ਉਹਨੇ ਆਪਣੀ ਟੀਮ ਪੰਜਾਬ ਭੇਜਤੀ ਹੈ ਉਦੀ ਟੀਮ ਹਲਕੇ ਚ ਜਾ ਰਹੀ ਹੈ ਕਿਹੜਾ ਕੈਂਡੀਡੇਟ ਅਕਾਲੀ ਦਲ ਦਾ ਜਿੱਤਣ ਦੀ ਸਮਰੱਥਾ ਰੱਖਦਾ ਹੈ ਕਿਹਦੇ ਖਿਲਾਫ ਵਿਰੋਧ ਹੈ ਉਹਦਾ ਇੱਕ ਰਿਪੋਰਟ ਕਾਰਡ ਤਿਆਰ ਕਰਨ ਦੀ ਸ਼ੁਰੂਆਤ ਹੋ ਗਈ ਹੈ ਸੋ ਇਸ ਲਈ ਪੰਜਾਬ ਦੀਆਂ ਮੁੱਖ ਦੋ ਪਾਰਟੀਆਂ ਕਾਂਗਰਸ ਵੀ ਤੇ ਅਕਾਲੀ ਦਲ ਵੀ ਵੋਟਰਾਂ ਦੀ بجائے ਪੰਜਾਬ ਦੀ بجائے ਆਪਣੇ ਦੀ بجائے ਰਣਨੀਤੀ ਘਾੜਾਂ ਦੇ ਸਹਾਰੇ ਨੇ ਸੋ ਰੱਬ ਪਲੀ ਕਰੇ